ਅਸੀਂ ਇੱਕ ਵੱਖਰੀਆਂ ਤਸਵੀਰਾਂ ਦੇਖੀਆਂ। ਕੁਝ ਵੀਰ ਸਾਡੇ ਗੱਡੀ ਦੇ ਵਿੱਚ ਬਰਫ਼ੀ ਬਣਦੇ ਨਜ਼ਰ ਆਏ ਸਾਨੂੰ ਲੰਗਰਾਂ ਦੇ ਵਿੱਚ ਤੇ ਜਾਣ ਵਾਲਿਆਂ ਨੂੰ, ਤੇ ਆਪਾਂ ਗੱਲ ਕਰਦੇ ਆਂ ਵੀ ਇਹ ਬਰਫ਼ੀ ਕਿੱਥੋਂ ਆਈ ਆ ਤੇ ਕਿਹੜੇ ਪਿੰਡੋਂ ਤੇ ਕਿਹੜਾ ਜ਼ਿਲ੍ਹਾ ਇਹਨਾਂ ਦਾ ਵੀਰਾਂ ਦਾ। ਤੇ ਮੈਂ ਬੇਨਤੀ ਕਰੂੰਗਾ ਪਹਿਲਾਂ ਵੀ ਬਰਫ਼ੀ ਦਿਖਾ ਦਿੱਤੀ ਜਾਵੇ। ਕੈਮਰਾਮੈਨ ਸੰਜੀਵ ਜੀ ਨੂੰ ਬੇਨਤੀ ਆ ਵੀ ਪਹਿਲਾਂ ਇੱਕ ਵਾਰ ਬਰਫ਼ੀ ਦਿਖਾ ਦਿਓ, ਤੇ ਫਿਰ ਆਪਾਂ ਇਹਨਾਂ ਦੇ ਜਿਹੜੇ ਆਗੂ ਆ ਜਿਹੜੇ ਬਰਫ਼ੀ ਲੈ ਕੇ ਪਹੁੰਚੇ ਨੇ ਇੱਥੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਤੇ ਵੀਰ ਜੀ ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ। ਸਾਡਾ ਪਿੰਡ ਸਾਹੋਕੇ ਹੈ, ਬਾਬੂ ਰਜਬਲੀ ਨੇ ਸਾਡੇ ਪਿੰਡ ਦੇ ਬਹੁਤ ਮਾਣ ਕਵੀ ਹੋਏ ਹੈ। ਸਾਨੂੰ ਸਰਦਾਰ ਗਰਮੇਲ ਸਿੰਘ ਜੀ ਕੈਨੇਡੀਅਨ ਨੇ, ਉਹਨਾਂ ਨੇ 1.5 ਲੱਖ ਰੁਪਏ ਦੀ ਮਾਇਆ ਦਿੱਤੀ ਹੈ ਵੀ ਟਿੱਕਰੀ ਵੱਢ ਰਹੇ ਤੁਸੀਂ ਬਰਫ਼ ਲਿਆ ਕੇ ਵੰਡੋ। ਜ਼ਿਲ੍ਹਾ ਕਿਹੜਾ ਪੈਂਦਾ ਜੀ? ਸਾਡਾ ਜ਼ਿਲ੍ਹਾ ਮੋਗਾ ਪੈਂਦਾ ਜੀ, ਪਿੰਡ ਸਾਹੋਕੇ ਹੈ, ਪੰਜਾਬ ਤੋਂ ਆਏ ਅਸੀਂ। ਸਾਰੇ ਮੁੰਡੇ ਜਿਹੜੇ ਇਕੱਠੇ ਹੋ ਕੇ ਆਏ 25 ਜਣੇ, ਅਸੀਂ 20 ਕੁਇੰਟਲ ਬਰਫ਼ੀ ਲਏ ਬਣਵਾ ਕੇ ਲਿਆਏ ਹਾਂ ਟਿੱਕਰੀ ਬਾਰਡਰ 'ਤੇ ਕਿਸਾਨਾਂ ਵਾਸਤੇ। ਅਤੇ ਵੱਖ ਵੱਖ ਲੰਗਰਾਂ 'ਚ ਵੰਡ ਕੇ ਆਏ ਹੁਣ ਬਰਫ਼ੀ? ਸਾਰੇ ਇਹੀ ਲੰਗਰਾਂ 'ਚ ਵੰਡ ਕੇ ਆਏ, ਰੁਪਿੰਦਰ ਜਲਾਲ ਦੇ ਜੀ ਪਿੱਛੇ ਜਿਹੜੇ ਸੀਗੇ ਲੰਗਰ ਸਾਰਾ ਜਿੱਥੇ ਵੰਡ ਕੇ ਇੱਥੇ ਟਿੱਕਰੀ ਬਾਰਡਰ 'ਤੇ ਪਹੁੰਚੇ ਹਾਂ ਜੀ। ਅਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਕਿਸਾਨ ਵੀਰਾਂ ਨੂੰ? ਅਸੀਂ ਕਿਸਾਨ ਵੀਰਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਪਹਿਲਾਂ ਤਾਂ ਜਿਹੜੀਆਂ ਆਪਣੀਆਂ ਵੋਟਾਂ ਪੈਂਦੀਆਂ ਸੀਗੀਆਂ ਇਹ ਬੈਲਟ ਪੇਪਰ 'ਤੇ ਹੋਣੀਆਂ ਚਾਹੀਦੀਆਂ। EVM ਮਸ਼ੀਨਾਂ ਵਾਲੀ ਜਿਹੜੀ ਵੋਟਾਂ ਮੋਦੀ ਸਾਹਿਬ ਹੈਂਗ ਕਰਕੇ ਇੱਕ ਬਹੁਮਤ ਆਪਦਾ ਬਣਾ ਲੈਂਦੇ ਆ, ਉਸ ਤੋਂ ਬਾਅਦ ਕਾਲੇ ਕਾਨੂੰਨ ਆਪਣੇ ਥੋਪਦੇ ਆ ਜਿਸ 'ਚ ਇਹ ਕਿਸਾਨ ਦਾ, ਵਪਾਰੀ ਦਾ, ਦੁਕਾਨਦਾਰ ਦਾ, ਆੜ੍ਹਤੀਆਂ ਦਾ, ਸਾਰਿਆਂ ਦਾ ਨੁਕਸਾਨ ਹੁੰਦਾ। ਸੋ ਸਾਡੀ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਆਉਂਦੀ ਵਾਰ ਜਿਹੜੀਆਂ ਵੋਟਾਂ ਆਪਾਂ ਉਹ ਬੈਲਟ ਪੇਪਰ ਨਾਲ ਪਾਈਏ, EVM ਮਸ਼ੀਨਾਂ ਜਿਹੜੀਆਂ ਉਹਨਾਂ ਦਾ ਬਾਈਕਾਟ ਕਰਕੇ, ਜਿਵੇਂ ਅੱਜ ਆਪਾਂ ਤਿੰਨੇ ਕਾਨੂੰਨਾਂ ਦਾ ਬਾਈਕਾਟ ਕਰਦੇ ਹਾਂ, EVM ਮਸ਼ੀਨਾਂ ਦਾ ਵੀ ਆਪਾਂ ਬਾਈਕਾਟ ਕਰਕੇ। ਸਾਡੇ ਪਿੰਡ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਸਾਡੇ 20-25 ਵਲੰਟੀਅਰ ਸਾਡੇ ਨਾਲ ਆਏ ਜੀ, ਗੱਡੀ ਲੈ ਕੇ ਸੁੱਖਾ ਸਿੰਘ ਜੀ ਆਏ ਹੈ। ਅਸੀਂ ਇਹ 20 ਕੁਇੰਟਲ ਬਰਫ਼ੀ ਟਿੱਕਰੀ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਵਰਤਾਉਣ ਵਾਸਤੇ ਪਹੁੰਚ ਚੁੱਕੇ ਹਾਂ ਜੀ। ਮੋਦੀ ਸਾਹਿਬ ਕਹੀ ਜਾਂਦੇ ਆ ਵੀ ਕਿਸਾਨ ਤਾਂ ਲੱਗਦੇ ਨਹੀਂ ਹੈਗੇ ਕਿਸੇ ਪੱਖੋਂ, ਅਤੇ ਉਹ ਕਿਸਾਨਾਂ ਦੀ ਹੋਰ ਵੱਖਰੀ ਪਛਾਣ ਕੀ ਹੁੰਦੀ ਹੈ ਸਾਨੂੰ ਵੀ ਦੱਸੋ। ਕਿਸਾਨਾਂ ਦੇ ਆਏ ਆ ਜੀ, ਉਹ ਆਪ 10 ਲੱਖ ਵਾਲਾ ਕੁੜਤਾ ਮੈਂ ਪਾਉਂਦਾ, ਉਹ ਕਹਿੰਦਾ ਖਣੀ ਮੈਂ ਹੀ ਵਪਾਰੀ ਹਾਂ। ਜੋ ਕਿਸਾਨ ਆ ਉਹ ਵੀ ਅੱਜ ਕੱਲ੍ਹ ਪੜ੍ਹਿਆ ਲਿਖਿਆ ਜੀ, ਹਰ ਬੰਦਾ ਸੂਟ ਬੂਟ 'ਚ ਰਹਿੰਦਾ, ਚੰਗੀ ਪੜ੍ਹਾਈ ਕਰਦਾ, ਇਨਕਮ ਵੀ ਚੰਗੀ ਕਰਦਾ, ਪਰ ਉਹਨੂੰ ਐਂ ਲੱਗਦਾ ਵੀ ਜੇ ਇਹ ਪਾਟੇ ਕੱਪੜੇ ਮੈਲੇ ਜੁੱਤੀਆਂ ਟੁੱਟੀਆਂ ਹੋਣ, ਉਹੀ ਕਿਸਾਨ ਨੂੰ ਦਿੰਦਾ ਸਿਰ 'ਤੇ ਸਾਫਾ ਟੁੱਟਿਆ ਹੋਵੇ, ਉਹਨੂੰ ਉਹ ਕਿਸਾਨ ਸਮਝਦਾ। ਪਰ ਅਸੀਂ ਜਿਹੜੇ ਚਾਹੁੰਦੇ ਹਾਂ ਵੀ ਅੱਜ ਕੱਲ੍ਹ ਵੈਲ ਐਡੂਕੇਟ ਬੱਚੇ ਹੋ ਗਏ ਹੈ, ਲੋਕਾਂ ਨੇ ਆਈਲੈਟਸ ਕਰਕੇ ਬੱਚੇ ਆਪਣੇ ਬਾਹਰ ਭੇਜ ਦਿੱਤੇ ਆ, ਬਾਹਰੋਂ ਵੀ ਬੱਚੇ ਆ ਰਹੇ ਹੈ, ਪੂਰੇ ਪੜ੍ਹੇ ਲਿਖੇ ਕਿਸਾਨ ਹੈ, ਕੋਈ ਇਹੋ ਜਿਹੀ ਟੈਨਸ਼ਨ ਵਾਲੀ ਗੱਲ ਨਹੀਂ ਜਿਵੇਂ ਮੋਦੀ ਸਾਹਿਬ ਚਾਹੁੰਦਾ। ਮੋਦੀ ਸਾਹਿਬ ਨੂੰ ਤਾਂ ਐਂ ਵੀ ਮੇਰੇ ਕੋਲ 20 ਲੱਖ ਦਾ ਕੁੜਤਾ ਪਜਾਮਾ ਹੋਵੇ, ਮੈਂ ਹੀ ਕਿਸਾਨ ਹਾਂ, ਹੋਰ ਤਾਂ ਕੋਈ ਕਿਸਾਨ ਹੀ ਹੈ ਨਹੀਂ। ਇਹ ਸੀ ਵੀਰ ਸਾਡੇ ਨਾਲ ਜਿਹੜੇ ਜੁੜੇ ਸੀ ਕਿਸਾਨ ਅੰਦੋਲਨ ਦੇ ਵਿੱਚ, ਜੋ ਕਿ ਬਰਫ਼ੀ ਲੈ ਕੇ ਪਹੁੰਚੇ ਸੀ ਇਸ ਅੰਦੋਲਨ ਦੇ ਵਿੱਚ, ਅਤੇ ਵੱਖ ਵੱਖ ਲੰਗਰਾਂ ਦੇ ਵਿੱਚ ਵੰਡ ਕੇ ਆਏ ਹਾਂ। ਅਤੇ ਇੱਦਾਂ ਦੀਆਂ ਸੇਵਾ ਤੁਹਾਨੂੰ ਅਸੀਂ ਹੋਰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਖਾ ਰਹੇ ਹਾਂ, ਅਤੇ ਸਾਰੇ ਵੀਰਾਂ ਦਾ ਅਸੀਂ ਆਪਣੀ ਟੀਮ ਵੱਲੋਂ ਡੇਲੀ ਲਾਈਵ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਇਹ ਬੜੀ ਇੱਕ ਸੇਵਾ ਚੱਲ ਰਹੀ ਹੈ ਜੋ ਕਿ ਪਿਛਲੇ 3 ਮਹੀਨੇ ਤੋਂ ਪੰਜਾਬ ਦੇ ਵਿੱਚ ਇਹ ਜਿਹੜੇ ਲੰਗਰ ਚੱਲ ਰਹੇ ਨੇ ਇੱਦਾਂ ਦੇ, ਅਤੇ ਹੁਣ ਬਾਰਡਰਾਂ 'ਤੇ ਪਹੁੰਚ ਚੁੱਕੇ ਨੇ, ਅਤੇ ਇਹ ਤੋਂ ਅੱਗੇ ਜੇ ਸਰਕਾਰਾਂ ਨਹੀਂ ਮੰਨਦੀਆਂ ਸ਼ਾਇਦ ਲਾਲ ਕਿਲੇ ਦੇ ਮੂਹਰੇ ਜਾ ਕੇ ਵੀ ਲੰਗਰ ਚੱਲਣ, ਅਤੇ ਤੁਹਾਨੂੰ ਅਸੀਂ ਛੇਤੀ ਉਹ ਵੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਕਿ 26 ਜਨਵਰੀ ਤੋਂ ਜਿਹੜਾ ਇੱਕ ਐਲਾਨ ਕੀਤਾ ਗਿਆ ਸੀ, ਅਤੇ ਪਰ ਅਜੇ ਕਲੀਅਰ ਨਹੀਂ ਹੋਇਆ ਸਾਡੇ ਤੱਕ। ਅਤੇ ਵੀਰ ਜੀ ਕੁਝ ਕਹਿਣਾ ਚਾਹੁੰਦੇ, ਆਪਾਂ ਉਹਨਾਂ ਦੀ ਗੱਲ ਸੁਣ ਲਈਏ। ਅਸੀਂ ਮੋਦੀ ਸਾਹਿਬ ਨੂੰ ਇਹ ਚੈਲੰਜ ਕਰਦੇ ਹਾਂ ਵੀ ਜੇ 25 ਤਰੀਕ ਦਾ ਕੋਈ ਨਹੀਂ ਮੀਟਿੰਗ ਦਾ ਹੱਲ ਕਰਦਾ, ਕੋਈ ਸਾਡਾ ਕੋਈ ਹੱਲ ਨਹੀਂ ਹੁੰਦਾ, ਤਾਂ ਅਸੀਂ ਮੈਨੂੰ ਲੱਗਦਾ 26 ਜਨਵਰੀ ਵਾਲਾ ਝੰਡਾ ਕਿਸਾਨ ਅੰਦੋਲਨ ਵਾਲਾ ਝੰਡਾ ਉੱਥੇ ਚੜਾਵਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਇਹ ਸੀ ਸਾਡੇ ਨਾਲ ਕੁਝ ਵੀਰ ਕਿਸਾਨ ਆਗੂ ਬਣੇ ਸੀ, ਜੋ ਕਿ ਜਿਨ੍ਹਾਂ ਨੇ ਦੱਸਿਆ ਵੀ 26 ਜਨਵਰੀ ਨੂੰ ਨਹੀਂ ਤਿਰੰਗੇ ਦੀ ਜਗ੍ਹਾ ਫਿਰ ਕਿਸਾਨੀ ਝੰਡਾ ਝੁਲੂਗਾ, ਵੀ ਉਹ ਤੋਂ ਪਹਿਲਾਂ ਜਿਹੜੇ ਬਿੱਲਾਂ 3 ਕਾਨੂੰਨ ਆ ਜਿਹੜੇ ਵਾਪਸ ਲੈ ਲਿੱਤੇ ਜਾਣ, ਅਤੇ ਮੋਦੀ ਸਰਕਾਰ ਨੂੰ ਇਹਨਾਂ ਨੇ ਅਪੀਲ ਕੀਤੀ ਆ ਵੀ ਨਹੀਂ, ਉਹ ਤੋਂ ਬਾਅਦ ਫਿਰ ਜਿਹੜਾ ਝੰਡਾ ਲਾਲ ਕਿਲੇ 'ਤੇ ਕਹਿੰਦੇ ਕਿਸਾਨੀ ਦਾ ਝੁਲੂਗਾ, ਅਤੇ ਦੇਖਣਾ ਹੋਵੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਕਿਉਂਕਿ 4 ਤਰੀਕ ਮੀਟਿੰਗ ਜਿਹੜੀ ਮੋਦੀ ਸਾਹਿਬ ਨੇ ਕਿਸਾਨਾਂ ਲਈ ਰੱਖੀ ਹੋਈ ਆ, ਅਤੇ ਉਹਦੇ ਵਿੱਚ ਦੇਖਦੇ ਹਾਂ ਕੀ ਵੱਡੇ ਫੈਸਲੇ ਹੁੰਦੇ ਆ।